ਜਿਹੜਾ ਸਾਹਿਬ ਵੱਲੋਂ ਮੁਨਹਰਫ ਹੋਵੇ ਉਹਦੀ ਬੰਦਗੀ ਖਾਮ ਹਰਾਮ ਸਾਰੀ, ਲੱਖ ਜਾਣ ਦਾ ਨਾਮ ਤੇ ਸਰਫ ਹੋਵੇ। ਇਹ ਕਾਮਲ ਤਾਜ ਬਣੇ ਕਰੇ ਪਾਰ ਪੇੜੇ, ਜਿਹੜਾ ਦੱਸਿਆ ਸਭ ਨੂੰ ਹਰਫ ਹੋਵੇ, ਉਸੇ ਤਰਫ ਅਜ਼ਮਤ ਮੁੱਖ ਸੋਹਣੇ ਵਾਲਾ ਜਿਸ ਤਰਫ ਹੋ ਮੁੱਖ ਸਾਈ ਵਾਲਾ ਜਿਹੜੀ ਤਰਫ ਹੋਵੇ, ਅੱਜ ਆਸ ਆਸ ਕਦਾ ਉਸੇ ਤਰਫ ਅਜ਼ਮਤ ਮੁੱਖ ਸਹੀ ਜਿਹੜੀ ਦਿਲ ਜਪਦਾ ਰਵੇ ਨਾ ਸਾਹਿਬ ਦਾ, ਉੱਥੇ ਜੀਭ ਹਲਾਣ ਜ਼ਰੂਰੀ ਨਹੀਂ। ਦਿਲ ਜਪਦਾ ਰਵੇ ਨਾ ਸਾਹਿਬ ਦਾ, ਉੱਥੇ ਜੀਭ ਹਲਾਉਣ ਜ਼ਰੂਰੀ ਨਹੀਂ। ਹਰ ਸਾਹ ਨਾਲ ਯਾਰ ਦਾ ਨਾਂ ਨਿਕਲੇ, ਤਸਬੀਹ ਖੜਕਾਉਣ ਜ਼ਰੂਰੀ ਨਹੀਂ। ਹਰ ਸਾਹ ਯਾਰ ਦਾ ਨਾਂ ਨਿਕਲੇ, ਤਸਬੀਹ ਖੜਕਾਉਣ ਜ਼ਰੂਰੀ। ਕਾਬਾ ਜੇ ਤੱਕੀਏ ਸਭ ਬੜੀਆਂ ਕਜ਼ਾ ਹੋ ਜਾਂਦੀਆਂ ਨੇ, ਯਾਰ ਹੁੰਦਿਆਂ ਸੋਹਣਾ ਹੁੰਦਿਆਂ ਕਾਬਾ ਜੇ ਤੱਕੀਏ ਸਭ ਬੜੀਆਂ ਕਜ਼ਾ ਹੋ ਜਾਂਦੀਆਂ ਨੇ। ਆਸ਼ਕ ਦਾ ਧਿਆਨ ਇਮਾਨ ਮੀਆਂ, ਕਾਬੇ ਦਾ ਧਿਆਨ ਜ਼ਰੂਰੀ ਨਹੀਂ। ਮਹਿਬੂਬ ਦੇ ਦਰ ਤੇ ਆਸ਼ਕ ਦੀ, ਮਹਿਬੂਬ ਦੇ ਦਰ ਸ਼ਕਤੀ, ਮਹਿਬੂਬ ਦੇ ਦਰ ਤੇ ਆਸ਼ਕ ਦੀ, ਮਹਿਬੂਬ ਦੇ ਦਰ ਤੇ ਆਸ਼ਕ ਦੀ। ਇਹ ਨਮਾਜ਼ ਨਾ ਹੋ ਜਾਂਦੀ ਏ, ਮਹਿਬੂਬ ਦੇ ਦਰ ਤੇ ਆਸ਼ਕ ਦੀ, ਇਹ ਨਮਾਜ਼ ਕਿੱਥੋਂ ਆਸ਼ਕ ਨੂੰ ਕਿੱਥੋਂ ਨਬੀਏ। ਅੱਛਾ, ਇਹ ਸੇਰੇ ਦਰ ਤੇ ਸਾਡੀ, ਇਸਦੇ ਦਰ ਤੇ ਸਾਡੀ ਤਾਂ ਨਮਾਜ਼ ਅਦਾ ਹੋ ਜਾਂਦੀ। ਇਸਦੇ ਦਰ ਤੇ ਸਾਡੀ ਤਾਂ ਇਸਦੇ ਦਰ ਤੇ ਸਾਡੀ ਨਮਾਜ਼ ਇਸ ਦੇ ਦਰ ਤੇ ਸਾਡੀ ਤਾਂ ਨਮਾਜ਼ ਅਦਾ ਹੋ ਜਾਂਦੀ। ਨਮਾਜ਼
نماز پڑھ رہا ہوں میں نماز پڑھ رہا ہوں میرا قبلہ رو نہ پوچھو میرا قبلہ رو نہ پوچھو میں نماز پڑھ رہا ہوں میں نماز پڑھ رہا ہوں میرا قبلہ رو نہ پوچھو نماز محبت عجب بندگی ہے نماز محبت عجب بندگی ہے تو نہ ہو محبت تو شرمندگی ہے تو نہ ہو محبت تو شرمندگی ہے سرکار پیرا نے پیر غوث سکلین کا ایک مرید سی جی بسم اللہ کتے رات نو خیال آیا پہن لگے کہ یار پتہ نہیں آخر کہڑے ویلے آ جانی ہے تو جی رات نہ مر گیا تو قبرستان لے جان گے دفنا دیں گے اتنے فرشتے آؤ گے منکر نے گیت پوچھ گے تیرا رب کون ہے میں تے سائیاں نے پوچھا ہی نہیں میں کی جواب دوں گا تے ساری رات دعاواں کرتا رہا مولا اج دی رات زندگی دے دے میں سائیاں نے پوچھنا ہوں تے سویرے ساجرے اٹھیا تے جا بارگاہ حاضر ہویا آپ نے پوچھا بیٹا تو جلدی جلدی صبح صبح کہندے یا مولا رات ہی بڑے اوکھی کٹی ہے فرمایا کی مسئلہ کہندے مولا پتہ نہیں کی ہویا رات پہ آئے تو دل سے خیال آیا کہ بھئی یہ رات میں مر گیا تو منکر نکیر نے پوچھا بھی تیرا رب کون ہے تو کی جواب دوں سائیاں تو پوچھا ہی نہیں تو مولا مینوں یہ کوئی جواب دس دیو تاکہ جو زندگی کے اختتام ہوئے تو میں بھی جواب دے دوں کہ پاکاں دے بھی بارے بارے جائیے آپ غوث اعظم فرماؤن لگے اچھا پتہ میرے کول بہ جا میں اپنے تے وارد کردا مقام تے جو میں جواب دیا تو جواب دے فرماؤن لگے فرض کالا محی الدین دنیا تو چلا گیا تے منکر نکیر آ گیا تے محی الدین نو سوال کر دے محی تیرا رب کون ہے تے میں آ جواب دینا انہوں نے شعر عربی چ لیکن کسی عقیدت مند نے ترجمہ کیتا ہے پنجابی کا جے نکیر پوچھن گے مینو جے نکیر پوچھن گے مینو دس تیرا رب کیڑا آکھاں گا میں او جس لٹ کھڑ جا دل میرا یاد رکھنا نماز بھی دو طرح ایک نماز شرک ایک نماز عشق بہت زمین آسمان شریعت والی نماز کی تو پڑھے نماز تو اس وحدہ اللہ شریف کا تصور نہ کر کسی کا تصور نماز پڑھ دیں شریعت اگر کوئی تصور آ جائے تو نماز باطل تو عشق دی نماز جی تصور ٹوٹ جائے عشق دی نماز جی سائیں دا تصور ٹوٹ جائے ہاں تو نماز باطل بے دم نماز عشق یہی ہے خدا گواہ بے دم نماز عشق نماز عشق یہی ہے خدا گواہ ہر دم تصورِ رخِ جانانا چاہیے کعبے کی ہے حوث نہ بت خانہ چاہیے درِ جانانا چاہیے درِ جانانا
ਅੱਗੇ ਸਾਹਿਬ ਨਾ ਹੋਵੇ ਤੇ ਨਮਾਜ਼ ਹੋਵੇ, ਅੱਗੇ ਸਾਹਿਬ ਨਾ ਹੋਵੇ ਤੇ ਨਮਾਜ਼ ਹੋਵੇ, ਜੇ ਗੈਰ ਅੱਗੇ ਸਰ ਝੁੱਕ ਜਾਵੇ, ਜੇ ਗੈਰ ਅੱਗੇ ਸਰ ਝੁੱਕ ਜਾਵੇ, ਬੰਦਗੀ ਵੀ ਗੁਨਾਹ ਹੋ ਜਾਂਦੀ ਏ, ਜੇ ਗੈਰ ਅੱਗੇ ਸਰ ਝੁੱਕ ਜਾਵੇ, ਬੰਦਗੀ ਵੀ ਗੁਨਾਹ, ਮੁਰਸ਼ਦ ਹੋ ਕੇ ਮਿਲਿਆ ਅੱਲਾ, ਮੁਰਸ਼ਦ ਹੋ ਕੇ ਮਿਲਿਆ ਅੱਲਾ, ਨਿਰਗਨ ਸੁਰਗਨ ਏਕ ਅਕੱਲਾ, ਮੇਰੀ ਹੋ ਗਈ ਖੂਬ ਤਸੱਲਾ, ਮੇਰੀ ਹੋ ਗਈ ਖੂਬ ਤਸੱਲਾ, ਨੂਰ ਮਹੱਲਾ ਚਾਰ ਗੱਲਾਂ, ਕਿਉਂਕਿ ਜੇ ਗੈਰ ਅੱਗੇ ਸਰ ਝੁੱਕ ਜਾਵੇ, ਬੰਦਗੀ ਵੀ ਗੁਨਾਹ ਹੋ ਜਾਂਦੀ ਏ, ਜੇ ਗੈਰ ਅੱਗੇ ਸਿਰ ਝੁੱਕ ਜਾਵੇ, ਬੰਦਗੀ ਬੜੀ ਗੌਰ ਤੇ ਸੋਚਦਾ ਏ ਮਕਾਮ ਏ, ਬਿਨਾ ਪੀਰ ਮੁਰਸ਼ਦ ਇਬਾਦਤ ਹਰਾਮ ਏ, ਬਿਨਾ ਪੀਰ ਮੁਰਸ਼ਦ ਇਹ ਮੈਂ ਨਹੀਂ ਕਹਿੰਦਾ, ਇਹ ਮੌਲਾਨਾ ਰੂਮ ਸਾਫ ਪ੍ਰਬੰਧ ਫਰਿਸ਼ਤਿਆਂ ਨੇ ਸਜਦਾ ਕੀਤਾ, ਸਜਦਾ ਨਮਾਜ਼ ਦਾ ਹਿੱਸਾ, ਤਾਂ ਜਿਹਨੇ ਨਹੀਂ ਕੀਤਾ ਉਹਦੀਆਂ ਸਾਰੀ ਉਮਰ ਦੀਆਂ ਪੜ੍ਹੀਆਂ ਹੋਈਆਂ ਨਾ ਸਿਰਫ ਜ਼ਾਇਆ ਹੋ ਗਈਆਂ ਬਲਕਿ ਲਾਲਤ ਤੋਂ ਤੌਕ ਉੱਠ ਗਏ, ਤਾਂ ਫਿਰ ਜਿੰਨੀ ਦੇਰ ਤੱਕ ਮੁਰਸ਼ਦ ਕਾਮਲ ਨੇ ਸੁਹਾਣਾ ਇਸੇ ਰਾਜ ਪਿੱਛੇ ਤਾਂ ਸਜਦਾ ਕਰਾਇਆ ਸੀ, ਓਏ ਗੈਬ ਨੂੰ ਪੂਜਣ ਵਾਲਿਆ ਹਾਜ਼ਰ ਨੂੰ ਪੂਜ, ਗੈਬ ਵਾਲਿਆ ਆਪ ਤੇ ਨਹੀਂ ਕੀਤਾ, ਆਪ ਤੇ ਨਹੀਂ ਕਿਹਾ ਆਦਮ ਅਲੈਹਿਸ ਸਲਾਮ ਨੇ ਪਰ ਮੈਨੂੰ ਸਜਦਾ ਕਰੋ, ਜ਼ਾਤ ਕਿਬਰੀਆ ਨੇ ਫਰਮਾਇਆ, ਜ਼ਾਤ ਕਿਬਰੀਆ ਨੇ ਫਰਮਾਇਆ ਕਿਹਨੂੰ ਸਜਦਾ ਕਰਾਇਆ, ਬੰਦੇ ਨੂੰ, ਬੰਦੇ ਨੂੰ, ਪਰ ਬੰਦਾ ਜਿਹੜਾ ਉਹਦਾ ਜੇ ਗੈਰ ਅੱਗੇ ਸਰ ਝੁੱਕ ਜਾਵੇ, ਸਾਰੇ ਰੁਕ ਜਾਵੇ, ਬੰਦ
ਜ਼ਿੰਦਗੀ ਵੀ ਗੁਨਾਹ ਹੋ ਜਾਂਦੀ ਏ ਜੇ ਬੈਰੀ ਤੇ ਸਰ ਟੁੱਟ ਜਾਵੇ ਬੰਦਗੀ ਵੀ ਗੁਨਾਹ ਹੋ ਜਾਂਦੀ ਏ ਜੇ ਬੈਰੀ ਤੇ ਸਰ ਟੁੱਟ ਜਾਵੇ ਜੇ ਬੈਰੀ ਤੇ ਸਰ ਟੁੱਟ ਜਾਵੇ ਬੰਦਗੀ ਵੀ ਰਸੂਲ ਆਪਣਾ ਇਹਨੂੰ ਮੰਨ ਕੇ ਰੱਬ ਰਸੂਲ ਆਪਣਾ ਇਹਨੂੰ ਮੰਨ ਕੇ ਰੱਬ ਤੇ ਰਸੂਲ ਪਰਸਤੀ ਸਾਡੇ ਲਈ ਤਾਂ ਬੁੱਤ ਪਰਸਤੀ ਸਾਡੇ ਲਈ ਇਹ ਜਾਇਜ਼ ਤੇ ਸਰਾਪਾ ਹੱਕ ਪ੍ਰਸਤੀ ਸਰਾਪਾ ਤਾਂ ਸਰਾਪਾ ਹੱਕ ਪ੍ਰਸਤੀ ਸਾਡੇ ਲਈ ਰਵਾ ਹੋ ਜਾਂਦੀ ਹੈ ਤਾਂ ਸਰਾਪਾ ਹੱਕ ਪ੍ਰਸਤੀ ਸਾਡੇ ਲਈ ਰਵਾ ਹੋ ਜਾਂਦੀ ਹੈ ਸਰਾਪਾ ਹੱਕ ਪ੍ਰਸਤੀ ਤੇ ਸਾਡੇ ਦੋਸਤੋ ਇੱਕ ਸਵਾਲ ਆਪਣੇ ਅੰਦਰ ਪੈਦਾ ਕਰੋ ਸ਼ੈਤਾਨ ਮੁਰਤਦ ਹੋਇਆ ਹਰ ਨਮਾਜ਼ ਦੇ ਕਿਆਮ ਪੜ੍ਹਦੇ ਔਜ਼ੁ ਬਿੱਲਾਹਿ ਮਿਨ ਸ਼ੈਤਾਨਿ ਰਜੀਮ ਮੌਲਾ ਪਾਕ ਬਚਾ ਇਸ ਮਰਦੂਦ ਸ਼ੈਤਾਨ ਕੋਲ ਮਰਦੂਦ ਹੋਇਆ ਸ਼ੈਤਾਨ ਹੋਇਆ ਲਾਨਤੀ ਹੋਇਆ ਕਿਉਂ ਹੋਇਆ ਕਿਉਂ ਹੋਇਆ ਰੱਬ ਨੂੰ ਸਜਦਾ ਕੀਤਾ ਬੰਦੇ ਨੂੰ ਨਹੀਂ ਕੀਤਾ ਸਾਨੂੰ ਸਜਦਾ ਕੀਤਾ ਬੰਦੇ ਨੂੰ ਨਹੀਂ ਕੀਤਾ ਲਾਜ਼ਮ ਹੈ ਫਿਨਾ ਫਿਲ ਸ਼ੈਖ ਹੋਵੇ ਲਾਜ਼ਮ ਹੈ ਫਿਨਾ ਫਿਲ ਸ਼ੈਖ ਹੋਵੇ ਫਿਰ ਮਕਾਮ ਫਿਨਾ ਫਿਲ ਰਸੂਲ ਹੋਵੇ ਲਾਜ਼ਮ ਹੈ ਫਿਨਾ ਫਿਲ ਸ਼ੈਖ ਹੋ ਫਿਰ ਮਕਾਮ ਫਿਨਾ ਫਿਲ ਰਸੂਲ ਹੋਵੇ ਜਿੱਥੇ ਹੱਥ ਕੰਨ ਅੱਖ ਜ਼ੁਬਾਨ ਸੁਣੇ ਜਿੱਥੇ ਹੱਥ ਜ਼ੁਬਾਨ ਸੁਣੇ ਜਿੱਥੇ ਅੱਖ ਕੰਨ ਹੱਥ ਜ਼ੁਬਾਨ ਸੁਣੇ ਜਿੱਥੇ ਅੱਖ ਕੰਨ ਹੱਥ ਜ਼ੁਬਾਨ ਸੁਣੇ ਮਲਕੀਅਤ ਖੁਦਾ ਹੋ ਜਾਂਦੀ ਹੈ ਜਿੱਥੇ ਅੱਖ ਕੰਨ ਸਾਡਾ ਕਿਆਮ ਅਦਫ ਦੀ ਸੂਰਤ ਹੈ ਸਾਡਾ ਧਿਆਨ ਅਦਫ ਦੀ ਸੂਰਤ ਹੈ ਰਫੀਕ ਨਜ਼ਾਰੇ ਵਿੱਚ ਰਫੀਕ ਨਜ਼ਾਰੇ ਵਿੱਚ ਮੈਂ ਵੋ ਐਸਾ ਵੇਲ ਨਾ ਲੱਗੇ ਅੱਖ ਚਮਕਣ ਦਾ ਐ ਰਫੀ ਵੇਲ ਨਾ ਲੱਗੇ ਜਿਸ ਹਾਲ ਚ ਹੈ ਬਸ ਤੱਕਦਾਰ
جس حال چاہے بس تکتا رہو کرنے ارکان ضروری نہیں ساڈا قیام الف دی صورت ہے لام الف رکوع سجدہ ہے لام الف رکوع سجدہ ہے اے رفیق پھر اللہ ہی اللہ ہے اے رفیق پھر اللہ ہی اللہ ہے ساڈی ہستی فنا ہو جاندی ہے اے رفیق پھر اللہ ہی اللہ ہے ساڈی ہستی فنا ہو جاندی ہے جدوں ہستی فنا ہو جاندی جدوں اے رفیق پھر اللہ اللہ ہے جدوں ہستی فنا ہستی چھڑ کے دیکھ بھلے شاہ ہستی چھڑ کے دیکھ بھلے شاہ جیڑا نام جپے تو وہ ہے جب ہستی اپنی مٹ ہی چکی جب ہستی اپنی مٹ ہی چکی پھر زود عبادت کون کرے جب ہستی اپنی مٹ ہی چکی پھر زود عبادت کون کرے جب ہستی اپنی مٹ ہی چکی پھر زود عبادت کون کرے جب ہستی اپنی مٹ ہی چکی پھر زود عبادت کون کرے جب ہستی تیری سے جب کے نہ جگتا رہے بو رہے میدان عشق میں تیری تب آب رو رہے کر صاف دل کو غیر سے اس کو وضو کہے پر شرط ہے کہ پیارے ہر دم وضو رہے لبرے جام بے خوشی او میں بے ساتھیا ایسی پلا کے باقی نہ کچھ ماؤ تو رہے ایسی پلا کے باقی نمک ماؤ تو رہے چاہے نماز پڑھنی تو ہستی سے در گزر ایسا گزر کہ ہستی کی باقی نہ بھور ہے یہی التماس ہے چاہے جینا سے قادری نہ میں رہوں نہ یار کی کچھ کچھ دور ہے تو پھر ہوگا جب ہستی اپنی مٹ ہی چکی جب ہستی اپنی مٹ ہی چکی پھر سود عبادت کون کرے توجہ بہت ہی کرتی ہے میں تھوڑی تھوڑی جی وضاحت کر رہی ہوں تھوڑی اپنی ذات یا کسی بندے کی ذات وہ تے غور کرو دو چیزوں کا مجموعہ وہ دو چیزوں کا مجموعہ ایک وہ جسم ایک وہ روح سبحان جسم فانی ہے روح باقی ہے روح افاقی ہے جسم خاکی ہے جس ویلے زندگی کی ہے انسان کہنے کہتے ہیں جس ویلے روح تے جسم دا ملاپ رہے انسان زندہ رہتا ہے سبحان اللہ جس ویلے روح تے جسم تو علیحدگی ہو جائے انسان نو کہندے مر جائے دو جز اپنے اپنے مقام تے چلے جاندے جسم مٹی تو بنیا مٹی چلا گیا روح ذات حق دا نور ہے اگے تسی سوال جواب جی جسم کی خاصیت آدمیت بشریت ختم ہو جائے وہ باقی کی رہ گئی روح رہ گئی باقی روح رہ گئی تو روح کے متعلق قرآن پاک شاہد ہے اے میرے محبوب تجھ سے پوچھتے ہیں یہ روح کیا تو آپ فرما دیجیے کہ روح میرے رب کے امر کا حصہ تو روح رب کا امر تو پھر باقی رہ گیا
ਬਾਕੀ ਕਿਰੇ ਗਿਆ ਰੱਬ ਦਾ ਅਮਰ, ਉਹ ਰੱਬ ਦੀ ਅਮਰ ਵਾਸਤੇ ਤਾਂ ਇਬਾਦਤ ਕੋਈ ਬੰਦੇ ਵਾਸਤੇ ਇਬਾਦਤ। ਆਹਾ ਜਬ ਜਬ ਹਸਤੀ ਆਪਣੀ ਮਿਟ ਹੀ ਚੁੱਕੀ ਫਿਰ ਜੋ ਦੀ ਇਬਾਦਤ ਕੌਣ ਕਰੇ, ਆਜ਼ਾਦ ਕਲੰਦਰ ਬੇ ਖੁਦ ਕੋ, ਆਜ਼ਾਦ ਕਲੰਦਰ ਬੇ ਖੁਦ ਕੋ ਪਾਬੰਦ ਸ਼ਰੀਅਤ ਕੌਣ ਕਰੇ, ਆਜ਼ਾਦ ਕਲੰਦਰ ਬੇ ਖੁਦ ਕੋ ਪਾਬੰਦ ਸ਼ਰੀਅਤ ਕੌਣ ਕਰੇ, ਆਜ਼ਾਦ ਬੇ ਖੁਦ ਕੋ ਪਾਬੰਦ ਸ਼ਰੀਅਤ ਕੌਣ ਕਰੇ, ਬੰਦਗੀ ਮੈਂ ਹੀ ਬੰਦ ਹੂੰ ਨਾ ਖੁਦਾ ਹੀ ਬਣ ਕੇ ਆਨੰਦ ਹੂੰ, ਨਾ ਸ਼ਿਕਾਰ ਹੂੰ ਨਾ ਕਮੰਦ ਹੂੰ, ਨਾ ਇਧਰ ਕਹੂੰ ਨਾ ਉਧਰ ਕਹੂੰ, ਨਾ ਨਹੀਂ ਦੀਨੋ ਮਜ਼ਹਬ ਮਾਨਤਾ ਨਾ ਕਿਸੀ ਖੁਦਾ ਕੋ ਮੈਂ ਜਾਣਤਾ, ਨਾ ਮੈਂ ਬਸ ਹੂੰ ਨਾ ਬੁਲੰਦ ਹੂੰ, ਨਾ ਇਧਰ ਕਹੂੰ ਨਾ ਉਧਰ ਕਹੂੰ, ਕਭੀ ਇਸ਼ਕ ਇਸ਼ਕ ਸੇ ਵੀ ਜੁਦਾ ਹੂੰ ਮੈਂ, ਕਭੀ ਇਸ਼ਕ ਕਾ ਵੀ ਖੁਦਾ ਹੂੰ ਮੈਂ, ਮੈਂ ਤੋ ਆਪਣੀ ਆਪ ਪਸੰਦ ਹੂੰ ਨਾ ਇਧਰ ਕਹੂੰ ਨਾ ਉਧਰ ਕਹੂੰ, ਨਾ ਲਹੂਤ ਹੂੰ ਨਾ ਸਹੂਤ ਹੂੰ, ਨਾ ਮਕਾਮ ਕਿਬਰੇ ਕਹੂਤ ਹੂੰ, ਮੈਂ ਖੁਦੀ ਮੈਂ ਇਤਨਾ ਬੁਲੰਦ ਹੂੰ ਨਾ ਇਧਰ ਕਹੂੰ ਨਾ ਉਧਰ ਕਹੂੰ, ਭਲੇ ਕਾਮ ਹੂੰ ਤੋ ਮੈਂ ਜੰਨਤੀ, ਬੁਰੇ ਕਾਮ ਹੂੰ ਤੋ ਮੈਂ ਦੋਜ਼ਖੀ, ਭਲੇ ਕਾਮ ਹੂੰ ਤੋ ਮੈਂ ਜੰਨਤੀ, ਭਲੇ ਕਾਮ ਹੂੰ ਤੋ ਮੈਂ ਜੰਨਤੀ, ਬੁਰੇ ਕਾਮ ਹੋ ਤੁਮੇ ਦੋਜ਼ਖੀ, ਜੋ ਮੈਂ ਹੂੰ ਨਹੀਂ ਤੋ ਬਲਾ ਟਲੀ, ਨਾ ਇਧਰ ਕਹੂੰ ਨਾ ਉਧਰ ਕਹੂੰ, ਜੋ ਮੈਂ ਹੂੰ ਨਹੀਂ ਤੋ ਬਲਾ ਟਲੀ, ਨਾ ਇਧਰ ਕਹੂੰ ਨਾ ਉਧਰ ਕਹੂੰ, ਮੇਰਾ ਸ਼ਿਰਕ ਸੇ ਨਹੀਂ ਵਾਸਤਾ, ਮੇਰਾ ਸ਼ਿਰਕ ਸੇ ਨਹੀਂ ਵਾਸਤਾ, ਮੇਰਾ ਸ਼ਿਰਕ ਸੇ ਨਹੀਂ ਵਾਸਤਾ, ਮੈਂ ਤੋ ਸ਼ਿਰਕ ਸੇ ਹੀ ਰਹਾ ਜੁਦਾ, ਨਾ ਆਜ਼ਾਦ ਹੂੰ ਨਾ ਪਾਬੰਦ ਹੂੰ, ਨਾ ਇਧਰ ਕਹੂੰ ਨਾ ਉਧਰ ਕਹੂੰ, ਕਿਉਂਕਿ ਆਜ਼ਾਦ ਕਲੰਦਰ ਬੇ ਖੁਦ ਕੋ ਪਾਬੰਦ ਸ਼ਰੀਅਤ ਕੌਣ ਕਰੇ, ਸਦਾ ਤੋਂ ਹਜ ਕਾਬਾ ਬੇਸ਼ੱਕ ਇਹ ਫਰਾਇਜ਼ ਹੱਕ ਕੇ ਹੈ, ਬੇਸ਼ੱਕ ਇਹ ਫਰਾਇਜ਼ ਹੱਕ ਕੇ ਹੈ, ਮਗਰ ਬੇਖੁਦ ਜੋ ਪੜਾ ਮਖਾਨੇ ਮੇਂ, ਬੇਖੁਦ ਜੋ ਪੜਾ ਮਖਾਨੇ ਮੇਂ, ਫਿਰ ਇਸ ਕੀ ਸ਼ਿਕਾਇਤ ਕੌਣ ਕਰੇ, ਬੇਖੁਦ ਜੋ ਪੜਾ ਮਖਾਨੇ ਮੇਂ, ਫਿਰ ਉਸ ਕੀ ਸ਼ਿਕਾਇਤ ਕੌਣ ਕਰੇ, ਇਹ ਖੁਦ ਜੋ ਪੜਾ ਮਖਾਨੇ ਮੇਂ, ਫਿਰ ਉਸ ਕੀ ਸ਼ਿਕਾਇਤ ਕੌਣ ਕਰੇ, ਜਬ ਗੈਰ ਅਦਮ ਮੌਜੂਦ ਹੈ ਹੱਕ, ਜਬ ਗੈਰ ਅਦਮ ਮੌਜੂਦ ਹੈ ਹੱਕ, ਫਿਰ ਕੈਸੇ ਪੜੇ ਹਮ ਆਪਣਾ ਸਬਕ, ਫਿਰ ਕੈਸੇ ਪੜੇ ਹਮ ਆਪਣਾ ਸਬਕ, ਅਬ ਮੈਂ ਤੂੰ ਤੂੰ ਖਤਮ ਹੋਈ, ਅਬ ਮੈਂ ਤੂੰ ਤੂੰ ਖਤਮ ਹੋਈ, ਇਜ਼ਹਾਰ ਹਕੀਕਤ ਕੌਣ ਕਰੇ, ਸਜਦੇ ਕਰਦਾ ਰਹੇ ਜਦੋਂ ਮੈਂ ਨਾ ਰਹੀ ਫਿਰ ਸਜਦਾ ਕੀ,
اب میں نہ تو تو خطبوں اظہار حقیقت جو حسن غزل کا شیدا ہوا جو حسن غزل کا شیدا ہوا وہ حسینوں کو بلا کیوں چاہے جنت سے جو بیزار ہوا 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 پوروں سے محبت کون کرے جگڑے رستے کی ہدایت کون کرے